ਸੁਬਈ ਦੇ ਵਿੱਚ ਫਸੀ ਕੁੜੀ ਦੇ ਨਾਲ ਰਾਤ ਭਰ ਕਰਦੇ ਰਹੇ ਦਰਿੰਦਗੀ। ਸ਼ੇਖ ਨੇ ਧੱਕੇ ਨਾਲ ਕੁੜੀ ਤੋਂ ਕਰਾਇਆ ਅਜਿਹਾ ਕੰਮ। ਰੋਂਦੀ ਕੁੜੀ ਨੇ ਸੁਣਾਈ ਆਪਣੀ ਹੱਡ ਬੀਤੀ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਰੂਹ ਕੰਬਾਊ ਘਟਨਾ ਬਾਰੇ ਦੱਸਣ ਜਾ ਰਹੇ ਹਾਂ। ਇੱਕ ਪੰਜਾਬੀ ਕੁੜੀ ਨੇ ਕਿਵੇਂ ਪੰਜਾਬ ਦੇ ਹੀ ਇੱਕ ਟਰੈਵਲ ਏਜੰਟ ਵੱਲੋਂ ਕੀਤੇ ਗਏ ਧੋਖੇ ਦੇ ਕਾਰਨ 4 ਸਾਲ ਦੁਬਈ ਦੇ ਵਿੱਚ ਨਰਕ ਵਿੱਚ ਕੱਟੇ। 4 ਸਾਲ ਉਸਦੇ ਉੱਤੇ ਜ਼ੁਲਮ ਕੀਤੇ ਗਏ। ਉਸਦੇ ਨਾਲ ਕੁਝ ਅਜਿਹਾ ਕੰਮ ਕੀਤੇ ਗਏ ਜਿਨ੍ਹਾਂ ਨੂੰ ਸੁਣ ਕੇ ਦਿਲ ਕੰਬ ਗਿਆ। ਲੜਕੀ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੇ ਨਾਲ ਹੋਈ ਹੱਡ ਬੀਤੀ ਸਾਰੀ ਦੱਸੀ ਅਤੇ ਦੱਸਿਆ ਕਿ 4 ਸਾਲ ਉਸਦੇ ਨਾਲ ਕੀ ਕੁਝ ਹੁੰਦਾ ਰਿਹਾ। ਇੱਕ ਲੜਕੀ ਜਿਸ ਨੂੰ ਬਾਹਰ ਜਾਣ ਦਾ ਬਹੁਤ ਚਾਅ ਸੀ, ਉਸਨੇ ਪੰਜਾਬ ਦੇ ਕਿਸੇ ਟਰੈਵਲ ਏਜੰਟ ਦੇ ਨਾਲ ਕੰਟੈਕਟ ਕੀਤਾ। ਪੈਸੇ ਘੱਟ ਸੀ, ਇਸ ਕਰਕੇ ਟਰੈਵਲ ਏਜੰਟ ਨੇ ਕਿਹਾ ਕਿ ਤੁਸੀਂ 1.5 ਲੱਖ ਤੱਕ ਕਰ ਸਕਦੇ ਹੋ, ਮੈਂ ਤੁਹਾਨੂੰ ਦੁਬਈ ਭੇਜ ਦਿੰਦਾ ਜਿੱਥੇ ਤੁਸੀਂ ਚੰਗਾ ਕੰਮ ਕਰਕੇ ਚੰਗੇ ਪੈਸੇ ਕਮਾ ਲਵੋਗੇ ਤੇ ਤੁਹਾਡਾ ਖਰਚਾ ਵੀ ਸਿਰਫ 1.5 ਲੱਖ ਰੁਪਇਆ ਆਵੇਗਾ। ਤੁਹਾਨੂੰ ਉੱਥੇ ਕੋਈ ਕਲੈਰੀਕਲ ਜੌਬ ਦਵਾ ਦੇਵਾਂਗੇ, ਉੱਥੇ ਜਾ ਕੇ ਤੁਹਾਨੂੰ ਕੰਪਿਊਟਰ ਦਾ ਹੀ ਕੋਈ ਕੰਮ ਮਿਲੇਗਾ। ਲੜਕੀ ਬਹੁਤ ਹੀ ਖੁਸ਼ ਹੋ ਗਈ ਤੇ ਉਸਨੇ 2 ਦਿਨ ਬਾਅਦ ਹੀ 1.5 ਲੱਖ ਰੁਪਏ ਇਕੱਠਾ ਕਰਕੇ ਟਰੈਵਲ ਏਜੰਟ ਨੂੰ ਦੇ ਦਿੱਤੇ। ਪੈਸਾ ਲੈਣ ਤੋਂ ਬਾਅਦ ਏਜੰਟ ਨੇ ਥੋੜੇ ਹੀ ਦਿਨਾਂ ਦੇ ਵਿੱਚ ਲੜਕੀ ਦਾ ਵੀਜ਼ਾ ਅਤੇ ਟਿਕਟ ਉਸਨੂੰ ਬੁਲਾ ਕੇ ਦੇ ਦਿੱਤਾ। ਫਿਰ ਉਸਨੂੰ ਉਸਦੀ ਟਿਕਟ ਦੇ ਅਨੁਸਾਰ ਦਿੱਲੀ ਤੋਂ ਦੁਬਈ ਦੀ ਫਲਾਈਟ ਵਿੱਚ ਬਿਠਾ ਦਿੱਤਾ ਅਤੇ ਕਿਹਾ ਗਿਆ ਕਿ ਤੁਹਾਨੂੰ ਦੁਬਈ ਏਅਰਪੋਰਟ ਤੋਂ ਇੱਕ ਬੰਦਾ ਲੈਣ ਆਵੇਗਾ, ਉਸਦੇ ਨਾਲ ਹੀ ਤੁਸੀਂ ਚਲੇ ਜਾਣਾ ਹੈ। ਏਦਾਂ ਹੀ ਹੋਇਆ, ਜਦੋਂ ਲੜਕੀ ਉੱਥੇ ਲੈਂਡ ਹੋਈ ਅਤੇ ਇੱਕ ਬੰਦਾ ਕੁੜੀ ਨੂੰ ਲੈਣ ਲਈ ਆਇਆ। ਉਸ ਲੜਕੀ ਨੇ ਉਸ ਬੰਦੇ ਦੇ ਫੋਨ ਤੋਂ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਕਿ ਮੈਂ ਸਹੀ ਸਲਾਮਤ ਸਹੀ ਢੰਗ ਨਾਲ ਪਹੁੰਚ ਗਈ ਹਾਂ, ਹੁਣ ਮੈਂ ਕੰਮ ਤੇ ਜਾ ਕੇ ਤੁਹਾਨੂੰ ਫੋਨ ਕਰਾਂਗੀ। ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਲੜਕੀ ਨੇ ਉਸ ਤੋਂ ਬਾਅਦ ਫੋਨ 4 ਸਾਲ ਤੱਕ ਨਹੀਂ ਕੀਤਾ। ਘਰ ਵਾਲੇ ਬਹੁਤ ਪਰੇਸ਼ਾਨ ਹੋ ਗਏ। ਘਰ ਵਾਲੇ ਉਸ ਟਰੈਵਲ ਏਜੰਟ ਕੋਲ ਵੀ ਗਏ ਜਿਨ੍ਹਾਂ ਨੇ ਕੁੜੀ ਨੂੰ ਬਾਹਰ ਭੇਜਿਆ ਸੀ, ਪਰ ਉਸ ਏਜੰਟ ਦੀ ਜੋ ਦੁਕਾਨ ਸੀ ਉਹ ਬੰਦ ਹੋ ਚੁੱਕੀ ਸੀ। ਕਿਹਾ ਜਾ ਰਿਹਾ ਸੀ ਕਿ ਉਸਨੇ ਉਹ ਦੁਕਾਨ ਸਿਰਫ 1 ਮਹੀਨੇ ਲਈ ਹੀ ਕਿਰਾਏ ਤੇ ਲਈ ਸੀ, ਪਰ ਉਹ ਕਰ ਵੀ ਕੀ ਸਕਦੇ ਸਨ। ਉਹਨਾਂ ਦੇ ਕੋਲ ਰੋਣ ਤੋਂ ਸਿਵਾ ਹੋਰ ਕੋਈ ਵੀ ਹੱਲ ਨਹੀਂ ਸੀ। ਪਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਉਸ ਲੜਕੀ ਨੂੰ 4 ਸਾਲ ਬਾਅਦ ਛੁਡਾ ਕੇ ਪੰਜਾਬ ਲਿਆਂਦਾ ਗਿਆ। ਉਸ ਲੜਕੀ ਨੇ ਆਪਣੇ ਨਾਲ ਹੋਏ ਘਿਨੌਣੇ ਕੰਮਾਂ ਬਾਰੇ ਜਦੋਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਤਾਂ ਸਾਰਿਆਂ ਦਾ ਦਿਲ ਕੰਬ ਕੇ ਰਹਿ ਗਿਆ। ਉਸ ਲੜਕੀ ਨੇ ਕਿਹਾ ਕਿ ਉਹ ਬੰਦੇ ਮੈਨੂੰ ਇੱਕ ਆਲੀਸ਼ਾਨ ਮਹਿਲ ਦੇ ਵਿੱਚ ਲੈ ਗਏ। ਮੈਂ ਖੁਸ਼ ਵੀ ਸੀ ਪਰ ਮੈਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਜਗ੍ਹਾ ਅਣਜਾਣ ਅਤੇ ਬਹੁਤ ਵੱਡੀ ਸੀ। ਜਦੋਂ ਮੈਂ ਘਰ ਦੇ ਅੰਦਰ ਉਸ ਬੰਦੇ ਦੇ ਨਾਲ ਦਾਖਲ ਹੋਈ ਤਾਂ ਅੰਦਰ ਇੱਕ ਸ਼ੇਖ ਸੀ। ਉਸ ਬੰਦੇ ਨੇ ਮੈਨੂੰ ਸ਼ੇਖ ਦੇ ਨਾਲ ਮਿਲਾਇਆ ਅਤੇ ਕਿਹਾ ਕਿ ਅੱਜ ਤੋਂ ਇਹੀ ਤੇਰਾ ਬੌਸ ਹੈ। ਮੈਂ ਉਸਨੂੰ ਜੀ ਹਜ਼ੂਰੀ ਕਰਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ। ਮੈਂ ਰਾਤ ਆਰਾਮ ਕੀਤਾ ਅਤੇ ਜਦੋਂ ਸਵੇਰੇ ਉੱਠੀ ਤਾਂ ਸ਼ੇਖ ਮੇਰੇ ਕਮਰੇ ਦੇ ਵਿੱਚ ਆਇਆ ਅਤੇ ਮੈਨੂੰ ਕਹਿੰਦਾ ਕਿ ਚੱਲ ਉੱਠ ਰੋਟੀ ਬਣਾ। ਮੈਂ ਸ਼ੇਖ ਨੂੰ ਕਿਹਾ ਕਿ ਮੈਂ ਤਾਂ ਇੱਥੇ ਰੋਟੀ ਬਣਾਉਣ ਨਹੀਂ ਆਈ, ਮੈਂ ਕੰਮ ਕਰਨ ਵਾਸਤੇ ਆਈ ਹਾਂ, ਕੰਮ ਕਰਨਾ ਹੈ। ਸ਼ੇਖ ਨੇ ਕਿਹਾ ਕਿ ਤੇਰਾ ਇਹੀ ਕੰਮ ਹੈ, ਮੈਂ ਤੈਨੂੰ ਖਰੀਦ ਕੇ ਲੈ ਕੇ ਆਇਆ, ਤੂੰ ਮੇਰੇ ਲਈ ਰੋਟੀ ਹੀ ਬਣਾਉਣੀ ਹੈ। ਜਦੋਂ ਮੈਂ ਇੰਨੀ ਗੱਲ ਸੁਣੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਮੈਨੂੰ ਵੇਚਿਆ ਗਿਆ। ਮੈਂ ਬਹੁਤ ਹੈਰਾਨ ਹੋਈ ਅਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰੇ ਪਾਸੇ ਰੋਲਾ ਪਾਇਆ, ਮੈਨੂੰ ਧੱਕੇ ਨਾਲ ਇੱਥੇ ਲਿਆਇਆ ਗਿਆ, ਮੇਰਾ ਸੌਦਾ ਕੀਤਾ ਗਿਆ। ਮੇਰੀ ਇਸ ਹਰਕਤ ਨੂੰ ਦੇਖ ਕੇ ਸ਼ੇਖ ਨੇ ਆਪਣੇ ਬੰਦੇ ਬੁਲਾਏ ਅਤੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। 2 ਦਿਨ ਤੱਕ ਮੈਨੂੰ ਕਮਰੇ ਦੇ ਵਿੱਚ ਬੰਦ ਰੱਖਿਆ ਗਿਆ ਅਤੇ ਕੁੱਟਿਆ ਮਾਰਿਆ ਗਿਆ। ਆਖਿਰ ਮੇਰੀ ਹਿੰਮਤ ਟੁੱਟ ਗਈ, ਮੈਨੂੰ ਵੀ ਭੁੱਖ ਲੱਗੀ ਸੀ ਅਤੇ ਮੈਂ ਵੀ ਰੋਟੀ ਖਾਣੀ ਸੀ। ਮੈਂ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ ਅਤੇ ਸ਼ੇਖ ਨੂੰ ਦੇਣੀ ਵੀ ਸ਼ੁਰੂ ਕਰ ਦਿੱਤੀ। ਇਹ ਕੰਮ ਕਰਦੇ ਕਰਦੇ ਮੈਨੂੰ ਬਹੁਤ ਸਾਲ ਹੋ ਗਏ। ਮੈਂ ਉੱਥੇ ਕਲੈਰੀਕਲ ਕੰਮ ਕਰਨ ਲਈ ਗਈ ਸੀ ਪਰ ਇੱਕ ਨੌਕਰਾਨੀ ਬਣ ਕੇ ਰਹਿ ਗਈ, ਮੇਰੀ ਜਾਨ ਫਸ ਗਈ। ਮੈਂ ਉੱਥੋਂ ਬਾਹਰ ਵੀ ਨਹੀਂ ਨਿਕਲ ਸਕਦੀ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ 4 ਬੰਦੇ ਮੇਰੇ ਕਮਰੇ ਦੇ ਵਿੱਚ ਆਏ ਅਤੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੈਨੂੰ ਕਿਤੇ ਲੈ ਗਏ। ਜਦੋਂ ਅੱਖਾਂ ਦੀ ਪੱਟੀ ਖੁੱਲ੍ਹ ਗਈ ਤਾਂ ਉਹ ਇੱਕ ਬਿਲਡਿੰਗ ਦੇ ਵਿੱਚ ਮੈਨੂੰ ਲੈ ਗਏ ਸੀ ਜਿੱਥੇ ਇੱਕ ਬੰਦਾ ਸੀ। ਉੱਥੇ ਮੈਨੂੰ 2-3 ਦਿਨ ਤੱਕ ਰੱਖਿਆ ਗਿਆ ਅਤੇ ਮੇਰੇ ਨਾਲ ਜ਼ਬਰਦਸਤੀ ਸ਼ੋਸ਼ਣ ਕੀਤਾ ਗਿਆ। ਮੇਰੇ ਨਾਲ ਹਰ ਰੋਜ਼ ਹੀ ਐਵੇਂ ਹੋਣ ਲੱਗ ਪਿਆ। ਉਹ ਸਵੇਰੇ ਮੈਨੂੰ ਲੈ ਜਾਂਦੇ ਅਤੇ ਰਾਤ ਨੂੰ ਛੱਡ ਜਾਂਦੇ। ਮੈਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਫੜ ਲਿਆ। ਸ਼ੇਖ ਨੇ ਕਿਹਾ ਕਿ ਇਹ 1 ਵਾਰੀ ਭੱਜ ਗਈ ਹੈ, ਦੁਬਾਰਾ ਵੀ ਭੱਜ ਸਕਦੀ ਹੈ, ਇਸ 'ਤੇ ਸਖਤੀ ਕਰੋ। ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਸਾਰੇ ਰਸਤੇ ਬੰਦ ਹੋ ਗਏ ਨੇ। ਪਰ ਇੱਕ ਦਿਨ ਸ਼ੇਖ ਨਹਾ ਰਿਹਾ ਸੀ, ਮੈਂ ਸ਼ੇਖ ਦੇ ਕਮਰੇ ਦੇ ਵਿੱਚ ਸਫਾਈ ਕਰਨ ਵਾਸਤੇ ਗਈ। ਸੋਫੇ 'ਤੇ ਸ਼ੇਖ ਦਾ ਫੋਨ ਅਨਲੌਕ ਹੋਇਆ ਪਿਆ ਸੀ। ਮੈਂ ਸ਼ੇਖ ਦਾ ਫੋਨ ਫੜਿਆ ਅਤੇ ਫੇਸਬੁੱਕ, ਟਵਿੱਟਰ, ਯੂਟਿਊਬ ਸਭ ਕੁਝ ਖੋਲ੍ਹਣਾ ਸ਼ੁਰੂ ਕਰ ਦਿੱਤਾ। ਯੂਟਿਊਬ ਚਲਾਉਂਦੇ ਚਲਾਉਂਦੇ ਮੈਨੂੰ ਭਗਵੰਤ ਮਾਨ ਦੀ ਵੀਡੀਓ ਦਿਖਾਈ ਦਿੱਤੀ ਜਿਸ ਦੇ ਵਿੱਚ ਉਹ ਵਿਦੇਸ਼ਾਂ ਦੇ ਵਿੱਚ ਫਸੇ ਬੱਚਿਆਂ ਨੂੰ ਛੁਡਾ ਕੇ ਪੰਜਾਬ ਵਾਪਸ ਲੈ ਕੇ ਜਾ ਰਹੇ ਸਨ। ਮੈਨੂੰ ਇਹ ਉਮੀਦ ਦੀ ਕਿਰਨ ਦਿਖਾਈ ਦਿੱਤੀ। ਮੇਰੇ ਅੰਦਰ ਇੱਕ ਉਮੀਦ ਜਾਗੀ ਕਿ ਸ਼ਾਇਦ ਮੈਂ ਵੀ ਆਪਣੇ ਪੰਜਾਬ ਵਾਪਸ ਜਾ ਸਕਦੀ ਹਾਂ। ਵੀਡੀਓ ਦੇਖਦੀ ਰਹੀ ਅਤੇ ਵੀਡੀਓ ਦੇ ਜ਼ਰੀਏ ਭਗਵੰਤ ਮਾਨ ਦਾ ਕੰਟੈਕਟ ਲਿਆ ਅਤੇ ਉਸ ਨੰਬਰ 'ਤੇ ਕੰਟੈਕਟ ਕਰਕੇ ਆਪਣੀ ਸਾਰੀ ਹੱਡ ਬੀਤੀ ਦੱਸ ਦਿੱਤੀ। ਮੈਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਨੂੰ ਜਲਦੀ ਹੀ ਛੁਡਾ ਲਿਆ ਜਾਏਗਾ। ਉਵੇਂ ਹੀ ਹੋਇਆ। ਮੇਰੇ ਫੋਨ ਕਰਨ ਦੇ ਤਕਰੀਬਨ 1 ਮਹੀਨੇ ਬਾਅਦ ਹੀ ਉਸ ਘਰ ਦੇ ਬਾਹਰ ਜਿੱਥੇ ਮੈਂ ਫਸੀ ਸੀ, ਉਸ ਸ਼ੇਖ ਦੇ ਘਰ ਦੇ ਬਾਹਰ ਪੁਲਿਸ ਹੀ ਪੁਲਿਸ ਸੀ। ਪੁਲਿਸ ਨੇ ਅੰਦਰ ਆ ਕੇ ਮੈਨੂੰ ਛੁਡਾਇਆ ਅਤੇ ਪੰਜਾਬ ਵਾਪਸ ਲਿਆਂਦਾ ਗਿਆ। ਹੁਣ ਮੈਂ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹਾਂ ਅਤੇ ਬਹੁਤ ਖੁਸ਼ ਹਾਂ। ਮੈਨੂੰ ਅੱਜ ਵੀ
ਇਹ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਉਸ ਨਰਕ ਦੇ ਵਿੱਚੋਂ ਬਚ ਕੇ ਆ ਗਈ। ਇਹ ਸਭ ਕੁਝ ਹੋਇਆ ਭਗਵੰਤ ਮਾਨ ਦੇ ਕਰਕੇ ਜੋ ਉਹਨਾਂ ਨੇ ਮੈਨੂੰ ਉੱਥੋਂ ਛੁਡਵਾ ਲਿਆ। ਮੇਰੇ ਵਾਂਗ ਹੋਰ ਵੀ ਕਈ ਕੁੜੀਆਂ ਹੋਣਗੀਆਂ ਜੋ ਇਹਨਾਂ ਏਜੰਡਾ ਦਾ ਸ਼ਿਕਾਰ ਹੋ ਜਾਂਦੀਆਂ ਹੋਣਗੀਆਂ। ਮੈਂ ਤਾਂ ਸਾਰੀਆਂ ਨੂੰ ਇਹੀ ਕਹਾਂਗੀ ਜਿਨ੍ਹਾਂ ਨੇ ਵੀ ਆਪਣੇ ਬੱਚੇ ਬਾਹਰ ਭੇਜਣੇ ਆ, ਚਾਹੇ ਮੁੰਡਾ ਚਾਹੇ ਕੁੜੀ, ਇੱਕ ਵਾਰ ਏਜੰਟ ਦੀ ਇੰਸਪੈਕਸ਼ਨ ਚੰਗੀ ਤਰ੍ਹਾਂ ਕਰਵਾ ਲਿਓ ਕਿ ਉਹ ਜੈਨੂਇਨ ਬੰਦਾ ਹੈ ਜਾਂ ਫਿਰ ਨਹੀਂ। ਨਹੀਂ ਤਾਂ ਮੇਰੇ ਵਾਂਗ ਹੀ ਉੱਥੇ ਕੁੜੀਆਂ ਜਾਂ ਮੁੰਡਿਆਂ ਨੂੰ ਨੌਕਰ ਬਣ ਕੇ ਰਹਿਣਾ ਪਵੇਗਾ।